ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਵਿਪਨ ਕਟਾਰੀਆ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਟਰੈਕਿੰਗ ਵਲੌਗ ਦੇ ਵਿੱਚ। ਇਸ ਟਾਈਮ 'ਤੇ ਮੈਂ ਹੈਗਾ ਹਾਂ ਵੋਰਕੈਸਟਰ ਸਿਟੀ ਦੇ ਵਿੱਚ, ਇਹ ਮਾਸਾਚੂਸੈਟ ਦੀ ਇੱਕ ਛੋਟੀ ਜਿਹੀ ਸਿਟੀ ਆ। ਟ੍ਰੇਲਰ ਆਪਣਾ ਲੋਡ ਹੋ ਰਿਹਾ ਅਤੇ ਮੈਂ ਪਿਕਅਪ 'ਤੇ ਆਇਆ ਸੀਗਾ। ਇਹ ਜਿਹੜੀ ਆਪਣੀ ਪਿਕਅਪ ਆ ਇਹ ਜਾਣੀ ਆ ਮੰਕਟਨ ਨੂੰ, ਮੰਕਟਨ ਨਿਊ ਬ੍ਰਾਂਸਵਿਕ ਦੇ ਵਿੱਚ, ਅਤੇ ਇੱਥੋਂ ਅਰਾਊਂਡ ਕੋਈ 1000 ਕੁ ਕਿਲੋਮੀਟਰ ਹੋਣਾ ਮੰਕਟਨ, ਅਤੇ ਟ੍ਰੇਲਰ ਆਲਮੋਸਟ ਲੋਡ ਆ 17 ਸਕਿੱਡਾਂ ਸੀ ਆਪਣੇ ਕੋਲ, ਅਤੇ ਮੈਂ ਹੁਣੇ ਗਿਆ ਹੀ ਅੰਦਰ। ਪਤੰਦਰ ਨੇ 4 ਧਾਰ ਵੀ ਦਿੱਤੀਆਂ ਸੀ। ਸਭ ਤੋਂ ਪਹਿਲਾਂ ਆਪਾਂ BC ਵਾਲਿਆਂ ਦੇ ਲਈ ਅਰਦਾਸ ਕਰਦੇ ਹਾਂ ਜਿਹੜੇ BC ਦੇ ਵਿੱਚ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਆ ਅਤੇ ਹੜ੍ਹਾਂ ਦੇ ਕਾਰਨ ਨਾ ਉਹਨਾਂ ਦੀਆਂ ਖੇਤਾਂ ਦੇ ਵਿੱਚੋਂ ਅਤੇ ਘਰਾਂ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਜਲਦੀ ਜਲਦੀ ਚਲਾ ਜਾਵੇ, ਅਤੇ ਉਹ ਜਲਦੀ ਤੋਂ ਜਲਦੀ ਉਹ ਆਪਣੇ ਬੈਕ ਟੂ ਜਿਹੜਾ ਉਹਨਾਂ ਦਾ ਧੰਦਾ ਆ ਉਹ 'ਤੇ ਵਾਪਸ ਜਾ ਸਕਣ, ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਜ਼ਿਆਦਾ। ਆਪਾਂ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਕਿੱਦਾਂ 10-10 ਸਾਲ 15-15 ਸਾਲ ਲਾ ਕੇ ਜਿਹੜੀਆਂ ਕਮਾਈਆਂ ਕੀਤੀਆਂ ਸੀ। ਜਿਹੜੀ ਉਹਨਾਂ ਦੀ ਜ਼ਮੀਨ ਆ ਉਹ ਵੀ ਕਹਿੰਦੇ ਕਿ ਜ਼ਹਿਰੀਲੀ ਹੋ ਜਾਣੀ ਆ ਜੇ ਇੱਥੇ ਪਾਣੀ ਖੜ੍ਹਾ ਰਿਹਾ ਹੈ ਨਾ, ਅਤੇ ਉੱਧਰੋਂ ਵੀ ਕਾਫੀ ਨੁਕਸਾਨ ਹੋ ਜਾਣਾ। ਚਲੋ ਫਸਲ ਤਾਂ ਖਰਾਬ ਹੋਈ ਹੋਈ ਆ, ਕਿਉਂਕਿ ਬੇਰੀਆਂ ਨੂੰ 5-5 ਸਾਲ 6-6 ਸਾਲ ਲੱਗ ਜਾਂਦੇ ਆ ਪ੍ਰੋਡਕਸ਼ਨ 'ਤੇ ਆਉਣ ਦੇ ਲਈ, ਅਤੇ ਉਹ ਲਾ ਲਓ ਕਿ ਵੀ ਜਿਨ੍ਹਾਂ ਨੇ ਨਵੀਆਂ ਬੇਰੀਆਂ ਤੋਂ ਹੁਣ ਪ੍ਰੋਡਕਸ਼ਨ ਲਾਉਣੀ ਸ਼ੁਰੂ ਕੀਤੀ ਸੀ, ਮਤਲਬ ਜਿਨ੍ਹਾਂ ਨੇ ਇਨਵੈਸਟਿੰਗ ਪੂਰੀ ਕੀਤੀ ਆ, ਹੁਣ ਉਹਨਾਂ ਦਾ ਕਮਾਉਣ ਦਾ ਟਾਈਮ ਸੀ, ਹੁਣ ਉਹਨਾਂ ਨਾਲ ਆਹ ਕੰਮ ਹੋ ਗਿਆ ਅਤੇ ਟ੍ਰੇਲਰ ਹੋ ਗਿਆ ਵੀ ਆਪਣਾ ਲੋਡ। ਪੇਪਰ ਵਰਕ ਚੱਕਦੇ ਹਾਂ ਅੰਦਰੋਂ ਅਤੇ ਫਿਰ ਨਿਕਲਦੇ ਹਾਂ। ਹਾਂਜੀ ਬਈ, ਰਸਤੇ 'ਚ ਇੱਕ ਪੰਪ 'ਤੇ ਰੁਕੇ ਹਾਂ। ਪੰਪ ਦਾ ਨਾਮ ਆਪਾਂ ਨੂੰ ਪਤਾ ਨਹੀਂ ਗਾ ਕਿੱਥੇ ਆ ਇਹ, ਪਰ ਇੱਥੋਂ 3 ਘੰਟੇ ਦੂਰ ਆ ਬਾਰਡਰ, ਅਤੇ ਇੱਥੇ ਜਿਹੜਾ ਪੰਪ ਹੈਗਾ ਏਅਰਵਿੰਗ 24 ਦਾ, ਥੋੜ੍ਹੀਆਂ ਜਿਹੀਆਂ ਇਹਨਾਂ ਕੋਲ ਟਰੱਕਾਂ ਦੀਆਂ ਪਾਰਕਿੰਗਾਂ ਵੀ ਹੈਗੀਆਂ। ਇੱਕ ਬਹੁਤ ਹੀ ਛੋਟਾ ਜਿਹਾ ਪਿੰਡ ਆ, ਪਿੰਡਾਂ ਦੇ ਵਿੱਚ ਰੁਕਣ ਦਾ ਵੀ ਆਪਣਾ ਹੀ ਇੱਕ ਨਾ ਮਤਲਬ ਵੱਖਰੀ ਜਿਹੀ ਫੀਲਿੰਗ ਹੁੰਦੀ ਆ ਪਿੰਡਾਂ ਇਹਦੇ ਵਿੱਚ ਰੁਕਣਾ, ਅਤੇ ਆਸੇ ਪਾਸੇ ਕੋਈ ਰਸ਼ ਨਹੀਂ ਗਾ, ਜਮ੍ਹਾਂ ਕੁਛ ਨਹੀਂ ਗਾ, ਬਸ ਇਕੱਲੇ ਸਿਰਫ ਆਹੀ 2 ਬਿਲਡਿੰਗਾਂ ਨੇ ਇਹਨਾਂ ਕੋਲ। ਚਲੋ ਆਪਾਂ ਚੱਲੀਏ ਹੁਣ ਸਾਬੇ ਦੇ ਅੰਦਰ ਅਤੇ ਸਾਬੇ ਖਾਈਏ। ਜ਼ਮੀਨ ਥੱਲੇ ਹਾਂਜੀ ਬਈ, ਇੱਕ ਸੁੰਨੇ ਜਿਹੇ ਰੈਸਟ ਏਰੀਆ 'ਤੇ ਰੁਕੇ ਹਾਂ। ਇਹ ਪੂਰਾ ਸੁੰਨਾ ਏਰੀਆ ਜਿਹੜਾ ਮੇਨ ਸਟੇਟ ਆ ਨਾ, ਜਿਹੜੀ ਮੇਨ ਸਟੇਟ ਆ, ਇੱਥੋਂ ਬਾਰਡਰ ਆਪਾਂ ਨੂੰ ਰਹਿ ਗਿਆ ਅਰਾਊਂਡ ਕੁਛ 150 ਕਿਲੋਮੀਟਰ ਦੂਰ, ਪਰ ਇਹ ਜਮ੍ਹਾਂ ਸੁੰਨੀ ਹੁੰਦੀ ਆ, ਨਾ ਇੱਥੇ ਆਪਾਂ ਨੂੰ ਕੋਈ ਰਾਤ ਨੂੰ ਟਰੱਕ ਮਿਲਦਾ। ਪਰ ਇਹ ਜਿਹੜੇ ਰੈਸਟ ਏਰੀਆ 'ਤੇ 2-3 ਟਰੱਕ ਲੱਗੇ ਆ ਪਾਰਕ, ਅਤੇ ਪਰ ਆਪਾਂ ਨੂੰ ਰੂਟ 'ਤੇ ਬਹੁਤ ਘੱਟ ਟਰੱਕ ਮਿਲਦੇ ਆ, ਅਤੇ ਜਮ੍ਹਾਂ ਸੁੰਨਾ ਜਿਹਾ ਰੈਸਟ ਏਰੀਆ। ਆਪਾਂ ਚੱਲਦੇ ਹਾਂ ਅੰਦਰ ਦੇਖ ਕੇ ਆਉਂਦੇ ਹਾਂ। ਆਹ ਰੈਸਟ ਏਰੀਆ ਹੈ ਨਾ, ਅਤੇ ਆਪਾਂ ਨੂੰ ਕੁਛ ਨਹੀਂ ਮਿਲਣਾ ਇੱਥੇ, ਅਤੇ ਅੰਦਰ ਵਾਸ਼ਰੂਮ ਹੋਣਗੇ। ਮੈਂ ਪਹਿਲਾਂ ਸੋਚਿਆ ਵੀ ਜੈਕਟ ਰਹਿਣ ਦਿੰਦੇ ਹਾਂ, ਪਾਉਣ ਨੂੰ ਸਾਹਮਣੇ ਜਾਣਾ ਅਤੇ ਮਿੰਟੀ ਜਾ ਕੇ ਆ ਜਾਂਦੇ ਹਾਂ ਨਾ, ਵਾਸ਼ਰੂਮ ਜਾਣਾ ਸੀ ਮੈਂ। ਫਿਰ ਮੈਂ ਸੋਚਿਆ ਵੀ ਇੱਕ ਦਿਨ ਮੇਰੇ ਨਾਲ ਬੜੀ ਭੈੜੀ ਹੋਈ ਸੀ ਅਤੇ ਟਰੱਕ ਅੰਦਰੋਂ ਲੌਕ ਹੋ ਗਿਆ ਸੀ ਮੇਰਾ, ਇਸ ਕੰਪਨੀ ਦੀ ਗੱਲ ਨਹੀਂ ਪੁਰਾਣੀ ਗੱਲ ਆ ਉਹ, ਅਤੇ ਟਰੱਕ ਲੌਕ ਹੋਣ ਕਰਕੇ ਮੈਂ ਬਾਹਰ ਰਹਿ ਗਿਆ ਸੀ, ਠੰਡ ਦੇ ਦਿਨ ਸੀਗੇ ਪੂਰੇ, ਅਤੇ ਫਿਰ ਤਾਂ ਕਰਕੇ ਮੈਂ ਰਿਸਕ ਨਹੀਂ ਲਿਆ। ਮੈਂ ਕਿਹਾ ਯਾਰ ਚੱਲ ਛੱਡ, ਰੈਸਟ ਏਰੀਆ ਚੈੱਕ ਕਰੋ ਵੀ ਪੁਰਾਣੀਆਂ ਬਿਲਡਿੰਗ ਵਾਲਾ ਮਾਹੌਲ ਜਾਂ ਅੰਦਰ ਕਰਾਉਣਾ ਜਿਹਾ ਰੈਸਟ ਏਰੀਆ ਲਾਦਾ। ਬਾਹਰ ਸਨੋਅ ਪਈ ਹੋਈ ਆ, ਇੱਧਰ ਫੁੱਲ ਸਨੋਅ ਆ, ਆਹ ਨਾਲ ਇੱਕ ਕਾਰ ਲੱਗੀ ਆ, ਅਤੇ ਪਰਲੀ ਸਾਈਡ 'ਤੇ ਹਾਈਵੇ ਜਾ ਰਿਹਾ। ਹਾਂਜੀ ਵੀਰੇ, ਚੜ੍ਹ ਚੁੱਕੇ ਹਾਂ ਬੈਕ ਟੂ ਰੋਡ। ਇੱਥੋਂ ਆਪਾਂ ਨੂੰ ਬਾਰਡਰ 70 ਕਿਲੋਮੀਟਰ ਰਹਿ ਗਿਆ, 70 ਕਿਲੋਮੀਟਰ ਤੋਂ ਬਾਅਦ ਆਪਾਂ ਕੈਨੇਡਾ, ਫਿਰ 3 ਘੰਟਿਆਂ ਦੀ ਡਰਾਈਵ ਅੱਗੇ ਆਪਾਂ ਨੂੰ ਲੋਕੇਸ਼ਨ ਦੀ। ਅਤੇ ਜੇ ਇਸ ਟਾਈਮ 'ਤੇ ਮੈਂ ਤੁਹਾਨੂੰ ਦਿਖਾਵਾਂ ਆਪਣੇ ਪਰਲੀ ਸਾਈਡ 'ਤੇ, ਇੱਥੇ ਕੋਈ ਮਤਲਬ ਵੀ ਕੋਈ ਨਾ ਬੰਦੇ ਦੀ ਯਾਦ, ਅਤੇ ਇੱਕ ਕਾਰ ਓਵਰਟੇਕ ਕਰਦੀ ਪਈ ਆ, ਅਤੇ ਮੈਨੂੰ ਕਾਫੀ ਟਾਈਮ ਬਾਅਦ ਇਹ ਕਾਰ ਟੱਕਰੀ ਆ। ਨਹੀਂ ਤਾਂ ਇੱਥੇ ਮਤਲਬ ਮੇਨ ਦਾ ਜਿਹੜਾ 400-500 ਕਿਲੋਮੀਟਰ ਦਾ ਏਰੀਆ ਹੁੰਦਾ ਨਾ, ਦਿਨੇ ਫਿਰ ਵੀ ਕਾਰਾਂ ਓਵਰਟੇਕ ਕਰਦੀਆਂ ਰਹਿੰਦੀਆਂ, ਥੋੜ੍ਹੀਆਂ ਬਹੁਤੀਆਂ, ਪਰ ਇਸ ਏਰੀਏ 'ਚ ਬਹੁਤ ਘੱਟ ਮਿਲਦੀਆਂ ਨੇ ਕਾਰਾਂ।
ਛੋਟਾ ਹਾਈਵੇ ਜਾਂਦਾ ਹੁੰਦਾ ਮੈਂ ਉਧਰ ਦੀ ਵੀ ਕਦੇ ਕਦੇ ਕ੍ਰਾਸ ਕਰਦਾ ਉਹ ਛੋਟਾ ਹਾਈਵੇ ਮਤਲਬ ਕਿਸੇ ਹੋਰ ਪਿੰਡ ਦੀ ਹੋ ਕੇ ਨਿਕਲਦਾ ਤੇ ਜਾਂਦਾ ਉਸੇ ਸੇਮ ਰਾਸਤੇ ਨੂੰ ਹੀ ਆ ਪਰ ਉੱਥੇ ਜਮਾਂ ਹੀ ਨਹੀਂ ਕੁਛ ਦਿਖਦਾ ਉੱਥੇ ਪਰ ਜਾਨਵਰ ਜੂਨਵਰ ਕਾਫੀ ਆਉਂਦੇ ਆ ਇੱਕ ਵਾਰੀ ਵੱਡਾ ਮੂਸ ਆ ਗਿਆ ਸੀ ਅੱਗੇ ਉਹ ਤੋਂ ਮਸਾਂ ਬਚਾ ਕੇ ਕੱਢਿਆ ਸੀਗਾ ਹੁਣ ਉੱਧਰ ਸਨੋਅ ਪੈਣੀ ਸ਼ੁਰੂ ਹੋ ਗਈ ਤਾਂ ਕਰਕੇ ਆਪਾਂ ਆਹ ਰੋਡ ਚੂਜ਼ ਕਰਨਾ ਸ਼ੁਰੂ ਕਰਤਾ 95 ਹਾਈਵੇ ਵਾਲਾ ਅਤੇ ਇੱਧਰੋਂ ਆਪਾਂ ਵੁੱਡ ਸਟੋਕ ਅਤੇ ਹੋਲਟਨ ਵਾਲਾ ਬਾਰਡਰ ਕ੍ਰੋਸ ਕਰਦੇ ਹਾਂ ਉੱਧਰ ਆਪਾਂ ਸੇਂਟ ਸਟੀਫਨ ਅਤੇ ਕੈਲਸ ਵਾਲਾ ਬਾਰਡਰ ਕ੍ਰੋਸ ਕਰਦੇ ਸੀਗੇ ਖਾਲੀ ਸੀ ਇਸ ਤੋਂ ਅੱਗੇ ਆਪਾਂ ਨੂੰ 250 ਕਿਲੋਮੀਟਰ ਡਰਾਈਵ ਕਰਨੀ ਆ ਅਤੇ ਇੱਥੋਂ ਟੈਂਕ ਫੁੱਲ ਕਰ ਲੈਣੇ ਆਪਾਂ ਠੰਡ ਕਾਫੀ ਹੋਈ ਪਈ ਆ ਇੱਥੇ ਵਿਚਾਲੇ ਜੇ ਖੜ੍ਹ ਜਾਈਏ ਹਵਾ ਘੱਟ ਚੱਲਦੀ ਆ ਅਤੇ ਠੰਡ ਘੱਟ ਲੱਗੂਗੀ ਅੱਜ ਨਾ ਇੰਨੀ ਸਨੋਅ ਨਹੀਂ ਮਾਰਦੀ ਜਿੰਨੀ ਹਵਾ ਜ਼ਿਆਦਾ ਮਾਰਦੀ ਅੱਜ ਹਵਾ ਆ ਸਨੋਅ ਇੰਨੀ ਹੈ ਨਹੀਂ ਗੀ ਸਨੋਅ ਤਾਂ ਪਹਿਲਾਂ ਦੀ ਪਈ ਹੋਈ ਆ ਜਿੰਨੀ ਕੁ ਪਈ ਹੋਈ ਆ ਤੇਲ ਪਿਆ ਆ 499 ਲੀਟਰ ਹਾਂਜੀ ਵੀ ਅਤੇ ਆਪਾਂ ਰਾਸਤੇ 'ਚ ਪਹੁੰਚ ਗਏ ਮੰਕਟਨ ਇੱਥੋਂ 150 ਕਿਲੋਮੀਟਰ ਦੂਰ ਹੋਣਾ ਅਤੇ ਮੈਨੂੰ ਸ਼ੱਕ ਜਿਹਾ ਪੈਂਦਾ ਵੀ ਮੈਂ ਕਿਹਾ ਨਾ ਥੱਲੇ ਸਲਿੱਪਰੀ ਆ ਕੰਮ ਕਿਉਂਕਿ ਥੱਲੇ ਜਿਹੜੀ ਬਰਫ਼ ਟਾਈਪ ਜਿਹਾ ਬਣਿਆ ਵਾ ਅਤੇ ਇੱਕ ਲਾਈਟ ਜੀ ਦਿਖਦੀ ਆ ਜਿਵੇਂ ਇੱਕ ਆਪਣੇ ਫਰੰਟ ਟਰੱਕ ਜਾਂਦਾ ਹੁੰਦਾ ਇੱਕ ਮੈਂ ਤੁਹਾਨੂੰ ਇੰਡੀਕੇਟਰ ਦੱਸਦਾ ਇਹਦਾ ਜਦੋਂ ਜੰਮੀ ਵੀ ਹੁੰਦੀ ਆ ਫਰਸ਼ ਸਾਹਮਣੇ ਜਿਹੜਾ ਆਪਾਂ ਨੂੰ ਟਰੱਕ ਓਵਰਟੇਕ ਕਰਕੇ ਗਿਆ ਜਿਹੜਾ ਜਾਂ ਕੋਈ ਕਾਰਡ ਓਵਰਟੇਕ ਕਰਕੇ ਗਈ ਆ ਤੁਹਾਨੂੰ ਉਹ ਨੀਚੇ ਦਿਖੂਗੀ ਜਿੱਦਾਂ ਉਹ ਟਰੱਕ ਦੀ ਲਾਈਟਾਂ ਕਰਕੇ ਟਰੱਕ ਨਹੀਂ ਦਿਖ ਰਿਹਾ ਪਰ ਤੁਹਾਨੂੰ ਇੱਕ ਰਿਫਲੈਕਸ਼ਨ ਜੀ ਦਿਖ ਰਹੀ ਹੋਣੀ ਵੀ ਪਾਣੀ ਦੀ ਹੈ ਨਾ ਇਹ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਸਲਿੱਪਰੀ ਹੋ ਜਾਂਦਾ ਅਤੇ ਇਸੇ ਕਰਕੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਮੈਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਚੈੱਕ ਕਰਦਾ ਪਿਆ ਸੀ ਮੈਂ ਕਿਹਾ ਕੋਈ ਸਲਿੱਪਰੀ ਤਾਂ ਹੈ ਨਹੀਂ ਸਲਿੱਪਰੀ ਹੈਗਾ ਆ ਪਰ ਜ਼ਿਆਦਾ ਨਹੀਂ ਗਾ ਮੈਂ ਥੋੜ੍ਹਾ ਜਿਹਾ ਹੁਣ ਹਾਈਵੇ ਦੇ ਵਿਚਾਲੇ ਜਾ ਕੇ ਦੇਖਣਾ ਚਾਹੁੰਦਾ ਨਹੀਂ ਔਲਕੁੱਟ ਆ ਚੱਲ ਸਕਦਾ ਵਧੀਆ ਆ ਫਿਰ ਆਪਾਂ ਨੂੰ ਮਤਲਬ ਵਹਿਮ ਸੀਗਾ ਮੈਂ ਚੈੱਕ ਕਰਨਾ ਚਾਹੁੰਦਾ ਸੀਗਾ ਫਿਰ ਆਪਾਂ ਚੈੱਕ ਕਰ ਲਿਆ ਆ ਥੱਲੇ ਬਸ ਇੱਕ ਪੈਰ ਮਾਰ ਕੇ ਦੇਖ ਲਓ ਵਹਿਮ ਨਿਕਲ ਜਾਂਦਾ ਇੰਨੇ ਨਾਲ ਹਾਂਜੀ ਬਈ ਸੋ ਫਾਈਨਲੀ ਆਪਾਂ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਟਰੱਕ ਕਰਤਾ ਹੈ ਪਾਰਕ ਇਹ ਨਾ ਏਅਰਵਿੰਗ 24 ਦਾ ਪੰਪ ਆ ਪਹਿਲੀ ਵਾਰੀ ਦੇਖਿਆ ਇਹ ਵੈਸੇ ਮੈਂ ਮੰਕਟਨ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਮੈਂ ਪਹਿਲਾਂ ਲੋਕੇਸ਼ਨ 'ਤੇ ਗਿਆ ਸੀ ਇੱਥੋਂ 1 ਕਿਲੋਮੀਟਰ ਦੂਰ ਆ ਅਤੇ ਉਹ ਖੁੱਲ੍ਹੇ ਸੀਗੇ ਅਤੇ ਉਹ ਕਹਿੰਦੇ ਕਿ ਵੀ ਅਸੀਂ ਸਵੇਰੇ 8 ਵਜੇ ਵੇਅਰ ਹਾਊਸ ਵਾਲੇ ਬੰਦੇ ਆਉਂਦੇ ਆ ਅਤੇ ਉਹ ਤੈਨੂੰ ਅਨਲੋਡ ਕਰਨਗੇ ਅਤੇ ਔਫਿਸ ਵਾਲੇ ਖੁੱਲ੍ਹੇ ਸੀ ਉਹ 24 ਘੰਟੇ ਖੁੱਲ੍ਹਿਆ ਕੋਈ ਸਟੋਰ ਸਟਾਰ ਜਿਹਾ ਸੀਗਾ ਮੈਨੂੰ ਪਤਾ ਨਹੀਂ ਬਾਕੀ ਅਤੇ ਉਹਨਾਂ ਦੇ ਆਪਾਂ ਸਵੇਰੇ ਡਿਲੀਵਰੀ ਕਰਾਂਗੇ 8 ਵਜੇ ਅਤੇ ਉਹ ਕਹਿੰਦੇ ਵੀ ਇੱਥੇ ਸੜਕ 'ਤੇ ਲਾ ਲਾ ਅਤੇ ਮੈਂ ਕੁਦਰਤੀ ਚੈੱਕ ਕੀਤਾ ਅਤੇ ਜਮਾਂ ਨਾਲ 900 ਮੀਟਰ 'ਤੇ ਆਹ ਜਿਹੜਾ ਏਅਰਵਿੰਗ 24 ਸੀਗਾ ਸੋ ਆਪਾਂ ਇੱਥੇ ਪਾਰਕ ਕਰ ਲਿਆ ਇੱਧਰ ਫਿਰਦਾ